ਪੰਜਾਬ ਦੇ ਵਿੱਚ ਕੈਬਨਿਟ ਮੀਟਿੰਗ ਕੀਤੀ ਗਈ ਆਪਣੇ ਆਦੇ ਮੁੱਖ ਮੰਤਰੀ ਸਰਦਾਰ ਚੰਦਰ ਸਿੰਘ ਚੰਡੀ ਦੇ ਵੱਲੋਂ ਤੇ ਉਹਨਾਂ ਵੱਲੋਂ ਉਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਕੁਝ ਨਾ ਅਹਿਮ ਐਲਾਨ ਕੀਤੇ ਕਿ ਜੋ ਪਾਣੀ ਦੇ ਬਿੱਲ ਨੇ ਸ਼ਹਿਰੀ ਲੋਕਾਂ ਦੇ 700 ਕਰੋੜ ਰੁਪਏ ਤੱਕ ਦੇ ਉਹ ਮਾਫ ਕੀਤੇ ਜਾਣਗੇ ਜਾਂ ਪੱਕੇ ਤੌਰ ਉਤੇ ਭਰਤੀਆਂ ਕੀਤੀਆਂ ਜਾਣਗੀਆਂ ਇਸ ਤਰ੍ਹਾਂ ਕੁਝ ਅਹਿਮ ਐਲਾਨ ਕੀਤੇ ਗਏ ਤਾਂ ਇਹ ਸਭ ਨੂੰ ਮਰ ਕੇ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਜਿਹੜੀ ਤੇ ਪਰਤੀ ਦਾ ਸਵਾਲ ਹੈ ਉਹ ਠੀਕ ਹੈ ਕਿ ਉਹ ਉਹ ਚ ਇੱਕ ਯੂਨੀਫਾਰਮਿਟੀ ਆਈ ਹੈ ਮਤਲਬ ਉਹਨਾਂ ਨੇ ਕਿਹਾ ਕਿ A B ਤੇ C ਗਰੁੱਪ ਜਿਹੜੇ ਹੈਗੇ ਆ ਅਗਰ ਅਸੀਂ ਉਹ ਤੇ ਰੈਗੂਲਰ ਪਰਤੀ ਨਹੀਂ ਕਰਦੇ ਔਰ ਉਸ ਤੇ ਰੈਗੂਲਰ ਪਰਤੀ ਕਰਦੇ ਆ ਫਿਰ D ਗਰੁੱਪ ਅਸੀਂ ਇਕੱਲਾ ਛੋੜ ਦਿੰਦੇ ਆ ਤਾਂ ਇਹ ਠੀਕ ਨਹੀਂ ਕਿਉਂਕਿ D ਗਰੁੱਪ ਜਿਹੜਾ ਹੈਗਾ ਉਹ ਚ ਤੁਹਾਨੂੰ ਪਤਾ ਜਿਦਾ ਚਪਰਾਸੀ, ਬੇਲਦਾਰ, ਮਾਲੀ, ਡਰਾਈਵਰ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਉਹ ਹੁੰਦੇ ਆ ਔਰ ਉਹ ਮੈਕਸਿਮਮ ਜਿਹੜੇ ਹੈਗੇ ਆ ਉਹ ਅਨਸੂਚਿਤ ਜਾਤੀਆਂ ਦੇ ਬੰਦੇ ਹੀ ਉਹਦੇ ਵਿੱਚ ਤਾਂ ਤੇ ਤੁਸੀਂ ਅਗਰ ਉਹ ਰੈਗੂਲਰ ਨਹੀਂ ਕਰੋਗੇ ਤਾਂ ਇਹ ਤਾਂ ਮਤਲਬ ਕਿ ਤੁਸੀਂ ਉਸ ਤਬਕੇ ਨਾਲ ਇੱਕ ਜਰਾ ਪੱਖਪਾਤੀ ਰਵਈਆ ਅਪਣਾ ਰਹੇ ਹੋ ਕਿਉਂਕਿ ਉਹ ਮੈਕਸਿਮਮ ਲੋਕਾਂ ਦੇ ਜਿਵੇਂ ਕਹ ਲੋ ਕਿ ਬਹੁਤਾ ਪੜ ਨਹੀਂ ਬੰਦੇ ਤਾਂ ਉਹ 10ਵੀਂ 12ਵੀਂ ਕਰਦੇ ਤਾਂ ਉਸ ਦੇ ਆਧਾਰ ਕਿਉਂਕਿ ਉਹ 10ਵੀਂ 12ਵੀਂ ਹੀ ਦੀ ਹੀ ਜੌਬ ਹੈ ਤੇ ਉਹ ਉਹਨਾਂ ਲਈ ਪਰ ਇੱਕ ਵਿਤਕਰਾ ਹੋ ਜਾਂਦਾ ਕਿ ਤੁਸੀਂ ਮਲੋ ਕਲਰਕ ਭਰਤੀ ਕਰਨਾ ਤਾਂ ਔਰ ਤਾਂ ਰੈਗੂਲਰ ਹੋਏਗਾ ਲੇਕਿਨ ਅਗਰ ਤੁਸੀਂ ਚਪਰਾਸੀ ਭਰਤੀ ਕਰਨਾ ਹੈ ਜਾਂ ਡਰਾਈਵਰ ਭਰਤੀ ਕਰਨਾ ਹੈ ਤਾਂ ਉਹ ਆਊਟਸੋਰਸ ਦੇ ਤੁਸੀਂ ਭਰਤੀ ਕਰ ਰਹੇ ਹੋ ਤੇ ਇਹਦੇ ਨਾਲ ਇਹ ਵਿਤਕਰ ਜਿਹੜਾ ਹੈਗਾ ਉਹ ਬੰਦ ਹੋਣਾ ਚਾਹੀਦਾ ਕੀ ਅਸੀਂ ਇਹ ਜੀਆਂ ਕੋਸ਼ਿਸ਼ਾਂ ਨਹੀਂ ਕਰ ਸਕਦੇ ਸੀ ਵੀ ਅਸੀਂ ਇਹ 7000 ਕਰੋੜ ਨੂੰ ਥੱਲੇ ਲੈ ਕੇ ਆਈਏ ਉਹਦੀਆਂ ਸਕੀਮਾਂ ਹੈਗੀਆਂ ਅੱਛਾ ਦੂਜਾ ਇੱਕ ਤਾਂ ਇੱਕ ਪਹਿਲੂ ਹੈ ਦੂਜਾ ਪਹਿਲੂ ਜਿਹੜਾ ਤੁਸੀਂ ਪਿੱਛੇ ਹੀ ਦੇਖਿਆ ਹੋਣਾ ਮਤਲਬ ਲਾ ਪਿਛਲੇ 15 ਦਿਨਾਂ ਚ ਅਸੀਂ ਫੇਸ ਕਰ ਰਹੇ ਹਾਂ ਪੂਰੇ ਪੰਜਾਬ ਚ ਫੇਸ ਹੋ ਰਿਹਾ ਹੁਣ ਵੀ ਹੋ ਰਿਹਾ ਕਿ ਸਾਡੇ ਕੋਲ ਬਿਜਲੀ ਦੀ ਸ਼ਾਰਟੇਜ ਹੋ ਗਈ ਹੈ ਬਿਜਲੀ ਦੀ ਸ਼ਾਰਟੇਜ ਹੋ ਗਈ ਹੈ ਕਿ ਜੀ ਕੋਲ ਪੂਰਾ ਨਹੀਂ ਆ ਰਿਹਾ ਪੂਰਾ ਕੋਲ ਨਾ ਆਣ ਕਰਕੇ ਸਾਡੇ ਥਰਮਲ ਨਹੀਂ ਚੱਲ ਰਹੇ ਪੂਰੇ ਪ੍ਰੋਪਰ ਤਾਂ ਇਹ ਉਹਦੇ ਕਰਕੇ ਸਾਨੂੰ ਸਰਦੀਆਂ ਚ ਬਿਜਲੀ ਦੇ ਸੰਕਟ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਅੱਜ ਤੱਕ ਕਦੇ ਨਹੀਂ ਹੋਇਆ ਕਿ ਸਰਦੀਆਂ ਚ ਬਿਜਲੀ ਦਾ ਸੰਕਟ ਖੜਾ ਹੋ ਜਾਵੇ ਇਸ ਤੋਂ ਇਲਾਵਾ ਸਾਡੇ ਕੋਲੇ ਨਹਿਰਾਂ ਦਾ ਇੱਕ ਵੱਡਾ ਨੈਟਵਰਕ ਹੈ। ਗੁਜਰਾਤ ਨੇ ਬਹੁਤ ਅੱਛਾ ਇਹਦੇ ਉੱਤੇ ਇੱਕ ਮਾਡਲ ਸਟੈਬਲਿਸ਼ ਕੀਤਾ ਹੈ। ਉਹਨਾਂ ਨੇ ਨਹਿਰਾਂ ਦੇ ਉੱਪਰ ਹੀ ਜਿਹੜਾ ਹੈਗਾ ਸਾਈਡਾਂ ਤੇ ਪਿਲਰਸ ਖੜੇ ਕਰਕੇ ਨਹਿਰਾਂ ਨੂੰ ਸੋਲਰ ਪੈਨਲਸ ਨਾਲ ਟਕਦਾ। ਬਹੁਤ ਲੰਬੇ-ਲੰਬੇ ਉਹਨਾਂ ਨੇ ਕਿਲੋਮੀਟਰਸ ਦੇ ਕਿਲੋਮੀਟਰਸ ਮਤਲਬ ਇਦਾਂ ਦੇ ਪੈਨਲਸ ਲਗਾਤੇ ਆ। ਅੱਜ ਤੁਸੀਂ ਮੁਫਤ ਬਿਜਲੀ ਬੰਦ ਕਰੋਗੇ ਤਾਂ ਕਿਸਾਨਾਂ ਨੇ ਤੋਡੀ ਜਿੰਨਾ ਹਰਾਮ ਕਰ ਦੇਣਾ ਕੋਈ ਪੋਲੀਟੀਕਲ ਪਾਰਟੀ ਹੈ ਜਿਹੜੀ ਇਸ ਗੱਲ ਤੇ ਉੱਤੇ ਤਿਆਰ ਹੈ ਕਿ ਉਹ ਕੱਲ ਨੂੰ ਜੀ ਮੁਫਤ ਬਿਜਲੀ ਵਾਲੇ ਬੰਦ ਕਰ ਦੇ ਅੱਜ ਦਾ ਤੁਹਾਨੂੰ ਪੈਸਾ ਮਿਲ ਰਿਹਾ ਤੁਹਾਨੂੰ ਫਾਈਨੈਂਸ ਕਮਿਸ਼ਨ ਤੋਂ ਪੈਸਾ ਆ ਗਿਆ ਤੁਹਾਨੂੰ ਜੀਐਸਟੀ ਦਾ ਮੁਆਵਜ਼ਾ ਰਾਸ਼ੀ ਆ ਜੀਏ 2022 ਚ ਤੋਂ ਬੰਦ ਹੋ ਜਾਣੀ ਹੈ ਸੱਚੀ ਅਕਾਲ ਪੰਜਾਬ ਸਟਾਰ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਜਸਬੀਰ ਸਿੰਘ ਸਵਾਗਤ ਕਰਦਾ ਹਾਂ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ ਸਪੈਸ਼ਲ ਰਿਪੋਰਟ ਵਿੱਚ ਅਸੀਂ ਗੱਲ ਕਰਦੇ ਹਾਂ ਸਿਆਸਤ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ ਜਿਸ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਜੀ ਸਰਬੋਤਮ ਸਵਾਗਤ ਹੈ ਤੁਹਾਡਾ ਸਰ ਆਪਣਾ ਕੱਲ ਪੰਜਾਬ ਦੇ ਵਿੱਚ ਕੈਬਨਿਟ ਬੈਠਕ ਮੀਟਿੰਗ ਕੀਤੀ ਗਈ ਆਪਣੇ ਸਾਡੇ ਮੁੱਖ ਮੰਤਰੀ ਸਰਦਾਰ ਚੰਦਰ ਸਿੰਘ ਚੰਨੀ ਦੇ ਵੱਲੋਂ ਤੇ ਉਹਨਾਂ ਵੱਲੋਂ ਉਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਕੁਝ ਨਾ ਅਹਿਮ ਐਲਾਨ ਕੀਤੇ ਕਿ ਜੋ ਪਾਣੀ ਦੇ ਬਿੱਲ ਨੇ ਸ਼ਹਿਰੀ ਲੋਕਾਂ ਦੇ 700 ਕਰੋੜ ਰੁਪਏ ਤੱਕ ਦੇ ਉਹ ਮਾਫ਼ ਕੀਤੇ ਜਾਣਗੇ ਜਾਂ ਪੱਕੇ ਤੌਰ ਉਤੇ ਭਰਤੀਆਂ ਕੀਤੇ ਜਾਣਗੇ ਇਸ ਤਰ੍ਹਾਂ ਕੁਝ ਅਹਿਮ ਐਲਾਨ ਕੀਤੇ ਗਏ ਤਾਂ ਇਹ ਸਭ ਨੂੰ ਮਰ ਕੇ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਜਿਹੜੀ ਤੇ ਭਰਤੀ ਦਾ ਸਵਾਲ ਹੈ ਉਹ ਠੀਕ ਹੈ ਕਿ ਉਹ ਉਹ ਚ ਇੱਕ ਯੂਨੀਫਾਰਮਿਟੀ ਆਈ ਹੈ ਮਤਲਬ ਉਹਨਾਂ ਨੇ ਕਿਹਾ ਕਿ A B ਤੇ C ਗਰੁੱਪ ਜਿਹੜੇ ਹੈਗੇ ਆ ਅਗਰ ਅਸੀਂ ਉਹ ਤੇ ਰੈਗੂਲਰ ਭਰਤੀ ਨਹੀਂ ਕਰਦੇ ਔਰ ਉਸ ਤੇ ਰੈਗੂਲਰ ਭਰਤੀ ਕਰਦੇ ਆ ਔਰ D ਗਰੁੱਪ ਅਸੀਂ ਕੱਲਾ ਛੋੜ ਦਿੰਦੇ ਆ ਤਾਂ ਇਹ ਠੀਕ ਨਹੀਂ ਕਿਉਂਕਿ D ਗਰੁੱਪ ਜਿਹੜਾ ਹੈਗਾ ਉਹ ਚ ਤੁਹਾਨੂੰ ਪਤਾ ਜਿਦਾ ਚਪਰਾਸੀ ਬੇਲਦਾਰ ਮਾਲੀ ਡਰਾਈਵਰ ਇਸ ਤਰ੍ਹਾਂ ਦੀ ਜਿਹੜੇ ਅਗੇਨ ਉਹ ਹੁੰਦੇ ਆ ਔਰ ਉਹ ਮੈਕਸਿਮਮ ਜਿਹੜੇ ਹੈਗੇ ਆ ਉਹ ਅਨਸੂਚਿਤ ਜਾਤੀਆਂ ਦੇ ਬੰਦੇ ਹੀ ਉਹਦੇ ਵਿੱਚ ਆਉਂਦੇ ਹਨ ਤੇ ਤੁਸੀਂ ਅਗਰ ਉਹ ਰੈਗੂਲਰ ਨਹੀਂ ਕਰੋਗੇ ਤਾਂ ਇਹਦਾ ਮਤਲਬ ਕਿ ਤੁਸੀਂ ਉਸ ਤਬਕੇ ਨਾਲ ਇੱਕ ਜਰਾ ਪੱਖਪਾਤੀ ਰਵਈਆ ਅਪਣਾ ਰਹੇ ਹੋ ਕਿਉਂਕਿ ਉਹ ਮੈਕਸਿਮਮ ਲੋਕ ਆਉਂਦੇ ਹੋ ਜਾਂ ਜਿਵੇਂ ਕਹ ਲੋ ਕਿ ਬਹੁਤਾ ਪੜ ਨਹੀਂ ਬੰਦੇ ਤਾਂ ਉਹ 10ਵੀਂ 12ਵੀਂ ਕਰਦੇ ਤਾਂ ਉਸ ਦੇ ਉਦਾਰ ਕਿਉਂਕਿ ਉਹ 10ਵੀਂ 12ਵੀਂ ਹੀ ਦੀ ਹੀ ਜੌਬ ਹੈ ਤੇ ਉਹ ਉਹਨਾਂ ਲਈ ਪਰ ਇੱਕ ਵਿਤਕਰਾ ਹੋ ਜਾਂਦਾ ਕਿ ਤੁਸੀਂ ਮਲੋ ਕਲਰਕ ਪਰਤੀ ਕਰਨਾ ਤਾਂ ਔਰ ਤਾਂ ਰੈਗੂਲਰ ਹੋਏਗਾ ਲੇਕਿਨ ਅਗਰ ਤੁਸੀਂ ਚਪਰਾਸੀ ਪਰਤੀ ਕਰਨਾ ਹੈ ਜਾਂ ਡਰਾਈਵਰ ਪਰਤੀ ਕਰਨਾ ਹੈ ਤਾਂ ਉਹ ਆਊਟਸੋਰਸ ਤੇ ਤੁਸੀਂ ਪਰਤੀ ਕਰ ਰਹੇ ਹੋ ਤੇ ਇਹਦੇ ਨਾਲ ਇਹ ਵਿਤਕਰ ਜਿਹੜਾ ਹੈਗਾ ਉਹ ਬੰਦ ਹੋਣਾ ਚਾਹੀਦਾ ਤੇ ਇਹ ਇੱਕ ਸਵਾਲ ਜਿਹੜਾ ਇਹ ਫੈਸਲਾ ਇਹ ਤਾਂ ਮੈਨੂੰ ਲੱਗਦਾ ਕਿ ਇੱਕ ਠੀਕ ਉਹਦੇ ਵਿੱਚ ਲਿਆ ਗਿਆ ਫੈਸਲਾ ਹੈ ਜਾਂ ਤਾਂ ਕਲਰਕ ਵੀ ਫਿਰ ਆਊਟਸੋਰਸ ਹੋਣ ਕੰਟਰੈਕਟ ਤੇ ਹੋਣ ਉਹ ਯੂਨੀਫਾਰਮਿਟੀ ਹੋਣੀ ਚਾਹੀਦੀ ਹੈ ਮਤਲਬ ਤੇ ਜਾਂ ਫਿਰ ਫਿਰ ਉਹ ਉਹ ਰੈਗੂਲਰ ਪਰਤੀ ਹੋਣਾ ਚਾਹੀਦਾ ਉਹਨਾਂ ਨੇ ਕੀ ਕਿਸੇ ਦਾ ਵਿਗਾੜਿਆ ਸੋ ਇਹ ਇੱਕ ਫੈਸਲਾ ਜਿਹੜਾ ਹੈ ਉਹ ਅੱਛਾ ਹੈ ਜਿਹਨੂੰ ਮੈਂ ਚੰਗਾ ਮੰਨਦਾ ਲੇਕਿਨ ਜਿਹੜਾ ਉਹਨਾਂ ਨੇ ਪਾਣੀ ਦੇ ਬਿੱਲ ਮਾਫ ਕੀਤੇ ਹੈ ਉਹ ਮੈਨੂੰ ਲੱਗਦਾ ਕਿ ਉਹ ਸਹੀ ਦਿਸ਼ਾ 'ਚ ਨਹੀਂ ਲਿਆ ਗਿਆ ਫੈਸਲਾ ਉਹ ਇਸ ਕਰਕੇ ਸਹੀ ਦਿਸ਼ਾ 'ਚ ਨਹੀਂ ਲਿਆ ਗਿਆ ਕਿ ਦੇਖੋ ਪਾਣੀ ਸਾਡੀ ਮੂਲ ਜ਼ਰੂਰਤ ਹੈ ਔਰ ਅੱਜ ਦੀ ਡੇਟ 'ਚ ਵੀ ਅਸੀਂ 70 75 ਸਾਲ 75ਵਾਂ ਸਾਲ ਮਨਾ ਰਹੇ ਆ ਆਜ਼ਾਦੀ ਦਾ ਤੇ ਖੜੇ ਅਸੀਂ ਉਥੇ ਹੀ ਆ ਕਿ ਅਸੀਂ ਆਮ ਲੋਕਾਂ ਨੂੰ ਸਾਫ ਪੀਣ ਦਾ ਪਾਣੀ ਤੇ ਸੀਵਰੇਜ ਦਾ ਸਿਸਟਮ ਮੁਹੱਈਆ ਨਹੀਂ ਕਰਵਾ پا ਰਹੇ ਮਤਲਬ ਅਸੀਂ ਆਪਣੇ ਆਪ ਨੂੰ ਕਹਿ ਰਹੇ ਹਾਂ ਖਾਸ ਕਰਕੇ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਜਿਹੜਾ ਹੈਗਾ ਉਹ ਕੰਟਰੀ ਦੇ ਜਿਹੜੇ ਪਹਿਲੇ 10 ਸਟੇਟਾਂ ਨੇ ਜਿਹਨੂੰ ਆਪਾਂ ਵਿਕਸਿਤ ਸਟੇਟਾਂ ਕਹਿੰਦੇ ਆ ਜਾਂ ਜਿਹੜੀਆਂ ਡਿਵੈਲਪ ਹੋ ਚੁੱਕੀਆਂ ਸਟੇਟਾਂ ਨੇ ਉਹਨਾਂ ਚੋਂ ਇੱਕ ਹੈ ਤੇ ਉਹਦੀ ਸਥਿਤੀ ਵੀ ਇਹ ਹੈ ਕਿ ਉਹ ਨਾ ਤਾਂ ਪਾਣੀ ਮੂਲ ਜ਼ਰੂਰਤ ਜਿਹੜੀ ਹੈਗੀ ਸਾਡੀ ਪਾਣੀ ਮੂਲ ਲਈ ਮਹੀਆ ਕਰਾ ਪਰਿਆ ਔਰ ਨਾਈ ਸਵਰੇ ਸਿਸਟਮ ਮਹੀਆ ਕਰਾ ਪਰਿਆ ਤਾਂ ਉਹਦੇ ਨਾਲ ਕੀ ਹੋ ਰਿਹਾ ਹੈ ਇੱਕ ਤਬਕਾ ਰੈਗੂਲਰ ਪੇ ਕਰ ਰਹਾ ਹੈ ਮਤਲਬ ਸਮਝੋ ਕਿ ਸਾਰਿਆਂ ਨੇ 100 ਰੁਪਏ ਬਿਜਲੀ ਦਾ ਸੌਰੀ ਪਾਣੀ ਦਾ ਪੇ ਕਰਨਾ ਤਾਂ ਇੱਕ ਤਬਕਾ ਤਾਂ ਪੇ ਕਰ ਰਿਹਾ ਔਰ ਮੇਰੇ ਵਰਗਾ ਪੇ ਨਹੀਂ ਕਰ ਰਹਾ ਤੁਸੀਂ ਪੇ ਕਰ ਰਹੇ ਹੋ ਤਾਂ ਹੋਊਗਾ ਕਿ 5 ਸਾਲਾਂ ਬਾਅਦ ਜਦੋਂ ਇਲੈਕਸ਼ਨ ਜੇ ਨੇੜੇ ਜਾਂਦੇ ਨੇ ਉਹ ਲੋਕ ਕਹਿੰਦੇ ਵੀ ਚਲੋ ਜਿਹੜੇ ਬਕਾਇਆ ਨੇ ਮਾਫ ਬਜਾਏ ਮੈਨੂੰ ਪੀਨਲਾਈਜ਼ ਕਰਕੇ ਉਹ 100 ਰੁਪਏ ਘਟੋ-ਘਟ ਜਿਹੜਾ ਲਗਾਇਆ ਹੋਇਆ ਉਹੀ ਵਸੂਲਣ ਦੇ ਮੈਨੂੰ ਕਹਿ ਰਹੇ ਮਾਫ ਕਰਤਾ ਤੁਸੀਂ ਫਿਰ ਅਲਟੀਮੇਟਲੀ ਤੁਹਾਡੇ ਦਿਮਾਗ 'ਚ ਤਾਂ ਇਹ ਆਏਗਾ ਹੀ ਨਾ ਕਿ ਯਾਰ ਫਿਰ ਮੈਂ ਕੀ ਗੁਨਾਹ ਕਰ ਰਿਹਾ ਸੀ ਪਰ ਜਿਹੜੇ ਰੈਗੂਲਰ ਪੇਮਾਸਟਰਾਂ ਕੀ ਉਹ ਗੁਨਾਹ ਕਰ ਰਹੇ ਨੇ ਦੂਸਰੀ ਇਹਦੇ ਵਿੱਚ ਗੱਲ ਇਹ ਹੈ ਕਿ ਅਸੀਂ ਇਹੋ ਜਿਹਾ ਸਿਸਟਮ ਹੀ ਨਹੀਂ ਬਣਾ ਪਾਇਆ ਅਜੇ ਤੱਕ ਜਿੰਨੇ ਵੱਡੇ ਸ਼ਹਿਰ ਨੇ ਚਾਹੇ ਲੁਧਿਆਣਾ ਹੋਵੇ ਚਲੰਦਰ ਹੋਵੇ ਅੰਮ੍ਰਿਤਸਰ ਹੋਵੇ ਬਠਿੰਡਾ ਹੋਵੇ ਤੁਸੀਂ ਦੇਖੋਗੇ ਕਿ ਉਸ ਤੇ ਮੈਕਸਿਮਮ ਲੋਕ ਲੋਕਾਂ ਨੂੰ ਬਿਲ ਹੀ ਨਹੀਂ ਜਾਂਦੇ ਅਸੀਂ ਮਤਲਬ ਬਿਲ ਹੀ ਜਨਰੇਟ ਨਹੀਂ ਕਰ پا ਰਹੇ ਤਾਂ ਜਦੋਂ ਬਿਲ ਜਨਰੇਟ ਨਹੀਂ ਕਰ پا ਰਹੇ ਤਾਂ ਉਹਨਾਂ ਨੂੰ ਜਾਣ ਹੀ ਪਾਰੇ ਤਾਂ ਜਿੰਨੇ ਕੁ ਅਸੀਂ ਬਿਲ ਜਨਰੇਟ ਕਰਦੇ ਆ ਉਸ ਚੋਂ 50% ਹੀ ਅਸੀਂ ਉਹਨਾਂ ਨੂੰ ਦੇ ਪਾਣਿਆ ਪਹਿਲਾਂ ਤਾਂ ਜੇ ਸਾਡੇ ਕੋਲ 100 ਕਨੈਕਸ਼ਨ ਨੇ ਤਾਂ 100 ਚੋਂ ਅਸੀਂ 60 70 ਨੂੰ ਹੀ ਬਿਲ ਦੇ ਪਾਣਿਆ 30 ਤਾਂ ਅਸੀਂ ਬਿਲ ਹੀ ਨਹੀਂ ਦੇ ਪਾਦੇ 60 70 ਚਾਈ ਜਿਹੜੇ ਫਿਰ ਜਿਹੜੇ ਪੇ ਕਰਦੇ ਆ ਉਹ 70% ਕਰਦੇ ਤਾਂ 30 ਛੱਡ ਦਿੰਦੇ ਆ ਤਾਂ ਯਾਨੀ ਕਿ ਜਿਹੜੇ ਪਹਿਲਾਂ 40% ਛੱਡ ਉਹ 30 ਉਹ ਚ 10% ਹੋਰ ਵਧ ਗਏ 40% ਲੋਕ ਜਿਹੜੇ ਹੈਗੇ ਆ ਉਹ ਬਿੱਲ ਦਿੰਦੇ ਆ ਜਾਂ 60% ਬਿੱਲ ਨਹੀਂ ਦਿੰਦੇ ਜਾਂ ਉਲਟਾ ਕਰ ਲੋ 60 ਦਿੰਦੇ ਆ 40 ਨਹੀਂ ਦਿੰਦੇ ਤਾਂ ਸਾਡੀ ਕੋਸ਼ਿਸ਼ ਇਹ ਰਹਿਣੀ ਚਾਹੀਦੀ ਸੀ ਜੋ ਮੈਨੂੰ ਲੱਗਦਾ ਕਿ ਗਵਰਨਮੈਂਟ ਇਸ ਗੱਲ ਦੇ ਉੱਤੇ ਜਾਨੀ ਚਾਹੀਦੀ ਸੀ ਵੀ ਅਸੀਂ ਸਿਸਟਮ ਐਦਾਂ ਦਾ ਬਣਾਈਏ ਕਿ 100% ਲੁੱਕ ਪੇ ਕਰਨਾ ਕਿਉਂਕਿ ਇਸ ਚ ਕੋਈ ਜ਼ਿਆਦਾ ਤਾਂ ਲਾਹੇ ਨਹੀਂ ਹੋਇਆ 100 ਰੁਪਏ ਹੀ ਮੰਨ ਲਓ ਪਾਣੀ ਦਾ ਬਿੱਲ ਹੈ 100 ਰੁਪਏ ਦੇ ਵਿੱਚ ਤੁਹਾਨੂੰ ਘਰਾਂ ਦੇ ਵਿੱਚ ਪਾਣੀ ਮਿਲ ਰਿਹਾ ਤਾਂ ਮੈਨੂੰ ਲੱਗਦਾ ਕਿ ਇਹ ਕੋਈ ਵੀ ਤਬਕਾ ਇਦਾਂ ਦਾ ਨਹੀਂ ਜਿਹੜਾ 100 ਰੁਪਏ ਵੀ ਪੇ ਨਾ ਕਰ ਸਕੇ ਤਾਂ ਉਸ ਸਥਿਤੀ ਦੇ ਵਿੱਚ ਮਤਲਬ ਅਸੀਂ ਜਦੋਂ ਉਹ ਕੰਮ ਨਾ ਕਰਕੇ ਮਾਫੀ ਵੱਲ ਪਾਸੇ ਚਲਦੇ ਆ ਤਾਂ ਮੈਨੂੰ ਲੱਗਦਾ ਕਿ ਜਿਹੜੇ ਬੰਦੇ ਬਿੱਲ ਪੇ ਕਰਦੇ ਆ ਉਹ ਬੰਦੇ ਵੀ ਕੱਲ ਨੂੰ ਇਹ ਸੋਚਣ ਲੱਗ ਜਾਣਗੇ ਕਿ ਅਸੀਂ ਬਿੱਲ ਪੇ ਨਾ ਕਰੀਏ ਉਹਦੀ ਬਜਾਏ ਅਸੀਂ ਵੀ ਮਤਲਬ ਇਸ ਤਰੀਕ ਰੱਖਦੀ ਹੈ ਤੇ ਜਦੋਂ ਇਲੈਕਸ਼ਨ ਹੋਣਗੇ ਉਦੋਂ ਸਾਡੇ ਵੀ ਮਾਫ ਹੋ ਜਾਣਗੇ ਜਿੱਥੇ ਸਭ ਦੇ ਹੋ ਰਹੇ ਆ ਤਾਂ ਇਹ ਇੱਕ ਗਲਤ ਦਿਸ਼ਾ ਵੱਲ ਅਸੀਂ ਨਹੀਂ ਰੱਖ ਦਾਂਗੇ ਜਿਹੜੀ ਕਿ ਹੁਣ ਵੀ ਰੱਖੀ ਹੋਈ ਹੈ ਦੂਸਰੀ ਗੱਲ ਇਹ ਹੈਗੀ ਹੈ ਇਹਦੇ ਵਿੱਚ ਕਿ ਮਤਲਬ ਇਹ ਜਿਹੜਾ ਪੈਸਾ ਹੈ ਭਾ ਲੋ ਹੁਣ ਕੱਲ 1168 ਕਰੋੜ ਰੁਪਇਆ ਇੱਕ ਮਾਫ ਹੋਇਆ 700 ਕਰੋੜ ਰੁਪਇਆ ਸ਼ਹਿਰਾਂ ਦਾ ਮਾਫ ਹੋਇਆ ਤਾਂ ਲਗਭਗ ਲਗਭਗ ਤੁਸੀਂ ਦੇਖੋ ਕਿ 2000 ਕਰੋੜ ਰੁਪਏ ਦੇ ਆਸ-ਪਾਸ 1800 ਕਰੋੜ ਰੁਪਏ ਮਾਫ ਕਰਦਾ ਚਾਹੀਦਾ ਹੈ ਸਾਨੂੰ ਇਹ ਸੀਗਾ ਕਿ ਅਸੀਂ ਕੀ ਇਹ 1800 ਕਰੋੜ ਰੁਪਏ ਨੂੰ ਇਹੋ ਜੀ ਜਗ੍ਹਾ ਤੇ ਵਰਤ ਸਕਦੇ ਹਾਂ ਜਿੱਥੇ ਕੱਲ ਨੂੰ ਸਾਨੂੰ ਸਾਡੇ ਜਿਹੜੇ ਵੱਡੇ ਖਰਚੇ ਨੇ ਉਹਨਾਂ ਨੂੰ ਘਟਾਉਣ 'ਚ ਮਦਦ ਮਿਲਦੀ ਜਾਂ ਉਹ ਚੀਜ਼ਾਂ ਜਿਹੜੀਆਂ ਲੌਂਗ ਟਰਮ ਦੇ ਵਿੱਚ ਲੋਕਾਂ ਨੂੰ ਫਾਇਦਾ ਹੁੰਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਅਸੀਂ ਅੱਜ ਦੀ ਡੇਟ ਦੇ ਵਿੱਚ 14 ਲੱਖ ਤੋਂ ਜ਼ਿਆਦਾ 14.5 ਲੱਖ ਦੇ ਕਰੀਬ ਕ੍ਰਿਪ ਟਿਊਬਲ ਸਾਡੇ ਕੋਲ ਲੱਗੇ ਹੋਏ ਨੇ ਜਿਹੜੇ ਖੇਤੀ ਲਈ ਚੱਲਦੇ ਆ। ਉਹਨਾਂ ਨੂੰ ਅਸੀਂ ਚ ਮਤਲਬ 8 ਘੰਟੇ ਦੀ ਬਿਜਲੀ ਫ੍ਰੀ ਦੇਣ ਦੀ ਉਹ ਚਲਦੀ ਹੈ। ਉਹਦੇ 'ਚ ਲਗਭਗ 7000 ਕਰੋੜ ਰੁਪਏ ਦੀ ਬਿਜਲੀ ਫ੍ਰੀ ਦਿੰਦੇ ਆ ਹਰ ਸਾਲ। ਉਹ ਹਰ ਸਾਲੇ ਵਧਦੀ ਜਾਂਦੀ ਹੈ। ਆਲਮੋਸਟ ਹੁਣ ਐਵਰੇਜ 500 ਕਰੋੜ ਰੁਪਏ ਦੀ ਆ ਗਈ ਹੈ। 500 ਕਰੋੜ ਰੁਪਏ ਹਰ ਸਾਲ ਵਧ ਜਾਂਦਾ। ਕੀ ਅਸੀਂ ਇਹ ਜੀਆਂ ਕੋਸ਼ਿਸ਼ਾਂ ਨਹੀਂ ਕਰ ਸਕਦੇ ਸੀ ਵੀ ਅਸੀਂ ਇਹ 7000 ਕਰੋੜ ਨੂੰ ਥੱਲੇ ਲੈ ਕੇ ਆਈਏ ਉਹਦੀਆਂ ਸਕੀਮਾਂ ਹੈਗੀਆਂ আচ্ছা ਦੂਜਾ ਇੱਕ ਤਾਂ ਇੱਕ ਪਹਿਲੂ ਹੈ ਦੂਜਾ ਪਹਿਲੂ ਜਿਹੜਾ ਤੁਸੀਂ ਪਿੱਛੇ ਹੀ ਦੇਖਿਆ ਹੋਣਾ ਮਤਲਬ ਲਾ ਪਿਛਲੇ 15 ਦਿਨਾਂ ਚ ਅਸੀਂ ਫੇਸ ਕਰ ਰਹੇ ਹਾਂ ਪੂਰੇ ਪੰਜਾਬ ਚ ਫੇਸ ਹੋ ਰਿਹਾ ਹੁਣ ਵੀ ਹੋ ਰਿਹਾ ਹੈ ਕਿ ਸਾਡੇ ਕੋਲ ਬਿਜਲੀ ਦੀ ਸ਼ਾਰਟੇਜ ਹੋ ਗਈ ਹੈ ਬਿਜਲੀ ਦੀ ਸ਼ਾਰਟੇਜ ਹੋ ਗਈ ਹੈ ਕਿ ਜੀ ਕੋਲ ਪੂਰਾ ਨਹੀਂ ਆ ਰਿਹਾ ਪੂਰਾ ਕੋਲ ਨਾ ਆਣ ਕਰਕੇ ਸਾਡੇ ਥਰਮਲ ਨਹੀਂ ਚੱਲ ਰਹੇ ਪੂਰੇ ਪ੍ਰੋਪਰ ਤਾਂ ਉਹ ਔਰ ਉਦੇ ਕਰਕੇ ਸਾਨੂੰ ਸਰਦੀਆਂ ਚ ਬਿਜਲੀ ਦੇ ਸੰਕਟ ਸਾਹਮਣਾ ਕਰਨਾ ਪੈ ਰਿਹਾ ਜਦਕਿ ਅਜ ਤੱਕ ਕਦੇ ਨਹੀਂ ਹੋਇਆ ਕਿ ਸਰਦੀਆਂ ਚ ਬਿਜਲੀ ਦਾ ਸੰਕਟ ਖੜਾ ਹੋ ਜਾਏ ਤਾਂ ਇਹ ਦੋ ਵੱਡੀਆਂ ਸਮੱਸਿਆਵਾਂ ਤੁਹਾਡੇ ਕੋਲ ਸਾਹਮਣੇ ਨੇ ਦੋਨਾਂ ਦਾ ਹੱਲ ਇੱਕੋ ਹੀ ਹੈ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਿਜਲੀ ਸਬਸਿਡੀ ਵੀ ਹਰ ਸਾਲ ਵਧਣੀ ਹੈ ਸੇਮ ਦੇ ਉਹਦੇ ਨਾਲ ਨਾਲ ਬਿਜਲੀ ਦੀ ਕੰਜ਼ਮਪਸ਼ਨ ਵੀ ਹਰ ਸਾਲ ਵਧਣੀ ਹੈ ਜਿੱਥੇ ਬਿਜਲੀ ਸਬਸਿਡੀ 500 ਕਰੋੜ ਰੁਪਏ ਵਧੀ ਹੈ ਉੱਥੇ ਬਿਜਲੀ ਦੀ ਕੰਜ਼ਮਪਸ਼ਨ ਵੀ 800 ਮੀਗਾਵਾਟ ਘੰਟੇ ਹਰ ਸਾਲ ਵਧਦੀ ਹੈ ਹੁਣ ਇਹਦਾ ਹੱਲ ਕੀ ਹੈ ਦੋਨਾਂ ਦਾ ਹੱਲ ਇੱਕੋ ਹੀ ਹੈ ਉਹ ਸੀਗਾ ਕਿ ਅਸੀਂ ਜਿਹੜੇ 14 ਲੱਖ ਟਿਊਬਲ ਨੇ ਅਸੀਂ ਉਹਨਾਂ ਨੂੰ ਸੋਲਰ ਤੇ ਕਨਵਰਟ ਕਰ ਦਈਏ ਉਹਦੇ ਲਈ ਪੈਸਾ ਚਾਹੀਦਾ ਪੈਸਾ ਵੀ ਹਿਊਜ ਮਨੀ ਚਾਹੀਦੀ ਹੈ ਕੋਈ ਇਹ ਨਹੀਂ ਕਿ ਥੋੜਾ ਬਹੁਤ ਚਾਹੀਦਾ ਲੇਕਿਨ ਜਦਾ ਚਾਹੀਦਾ ਮੈਂ ਇਹੀ ਤੁਹਾਨੂੰ ਗੱਲ ਕਰ ਰਿਹਾ ਸੀਗਾ ਕਿ ਜਿਹੜਾ 2000 ਕਰੋੜ ਰੁਪਇਆ ਅਸੀਂ ਇੱਥੇ ਮਾਫ ਕੀਤਾ ਕੀ ਅਸੀਂ ਇਸ 2000 ਕਰੋੜ ਰੁਪਏ ਨੂੰ 인ਫਰਾਸਟ੍ਰਕਚਰ ਬਦਲਣ ਦੇ ਉੱਤੇ ਖਰਚ ਨਹੀਂ ਸੀ ਕਰ ਸਕਦੇ ਅਸੀਂ ਜਿਹੜੇ ਵੱਡੇ ਤਨਾੜ ਕਿਸਾਨ ਨੇ ਜਿਨ੍ਹਾਂ ਕੋਲੇ 25 ਏਕੜ ਤੋਂ ਜ਼ਿਆਦਾ ਜ਼ਮੀਨ ਹੈ ਉਹਨਾਂ ਕੋਲੇ ਐਨ ਐਵਰੇਜ ਪੰਜ ਮੋਟਰਾਂ ਲੱਗੀਆਂ ਹੋਈਆਂ ਨੇ ਇੱਕ ਇੱਕ ਕਿਸਾਨ ਕੋਲੇ ਪੰਜ ਪੰਜ ਮੋਟਰਾਂ ਨੇ ਜ਼ਿਆਦਾ ਵੀ ਹੋਣਗੀਆਂ ਲੇਕਿਨ ਪੰਜ ਤਾਂ ਮਿਨੀਮਮ ਨੇ ਤਾਂ ਇਹਦਾ ਮਤਲਬ ਹੋ ਗਿਆ ਕਿ 59000 ਫਾਰਮਰਸ ਕੋਲੇ ਲਗਭਗ ਲਗਭਗ 3 ਲੱਖ ਮੋਟਰਾਂ ਯਾਨੀ ਕਿ 14 ਲੱਖ ਮੋਟਰਾਂ ਚੋਂ 3 ਲੱਖ ਮੋਟਰਾਂ ਕੱਲੇ ਵੱਡੇ ਕਿਸਾਨਾਂ ਕੋਲ ਨਹੀਂ ਅਸੀਂ ਸ਼ੁਰੂਆਤ ਹੀ ਉੱਥੋਂ ਕਰਦੇ ਕੀ ਜੀ ਇਹ ਜਿਹੜੇ ਫਾਰਮਰ ਨੇ ਜਿੰਨੀ ਤੁਸੀਂ ਮਤਲਬ ਇੱਕ ਪ੍ਰੋਜੈਕਟ ਬਣਦਾ ਮੰਨ ਲਓ ਇੱਕ ਜਿਹੜੀ ਮੋਟਰ ਹੈ ਉਹਨੂੰ ਕਨਵਰਟ ਕਰਨ ਦੇ ਉੱਤੇ ਮੰਨ ਲਓ 7 ਜਾਂ 8 ਲੱਖ ਰੁਪਈਆ ਖਰਚਾ ਆਉਂਦਾ ਅਸੀਂ ਅਗਰ ਉਹਨੂੰ ਕਨਵਰਟ ਕਰਦੇ ਆਂ ਬੀ ਉਹਦੇ ਵਿੱਚ ਸਬਸਿਡੀ ਦਾ ਪੋਰਸ਼ਨ ਵੀ ਹੈ 4.5 ਲੱਖ ਰੁਪਏ ਲਗਭਗ ਉਹ ਸਬਸਿਡੀ ਮਿਲ ਜਾਂਦੀ ਹੈ ਤਾਂ ਫਾਰਮਰ ਨੂੰ ਲਗਭਗ 5 ਕੁ ਲੱਖ ਰੁਪਏ ਦੇਣਾ ਪੈਂਦਾ ਤਾਂ ਉੱਥੇ ਹੀ ਜੇ ਅਸੀਂ ਗਵਰਨਮੈਂਟ ਦੇ ਤੌਰ ਤੇ ਇਹ ਕਹਿ ਦਿੰਦੇ ਕਿ ਅਸੀਂ ਇੱਥੇ ਜੀ ਜਿਹੜੀ ਉਹ ਅਸੀਂ ਪੇ ਕਰਾਂਗੇ ਅਸੀਂ ਕਿਸਾਨ ਤੋਂ ਕੋਈ ਪੈਸਾ ਨਹੀਂ ਲੈਂਦੇ ਕਿਸਾਨ ਦਾ ਸਿਰਫ ਉਹ ਜਿਹੜੀ ਜ਼ਮੀਨ ਹੋਏਗੀ ਉਹ ਅਸੀਂ ਆਪਣੇ ਪ੍ਰੋਜੈਕਟ ਦੇ ਕੈਪੀਟਲ ਕੋਸਟ ਦੇ ਤੌਰ ਤੇ ਲਵਾਂਗੇ ਪਲੇਟਾਂ ਲਗਾਉਣ ਦਾ ਸਾਰਾ ਖਰਚਾ ਸਾਡਾ ਹੋਏਗਾ ਤੇ ਅਸੀਂ ਇਸ ਤੋਂ ਬਾਅਦ ਇਹਦੀ ਸਬਸਿਡੀ ਬੰਦ ਕਰ ਦਾਂਗੇ ਕਿਉਂਕਿ ਉਹਨੂੰ ਤਾਂ ਮੁਫਤ ਸੂਰਜੀ ਊਰਜਾ ਆ ਗਈ ਤਾਂ ਉਹਨੂੰ ਮੁਫਤੋ ਕੀ ਬਿਜਲੀ ਉਹਨੂੰ ਤਾਂ ਬਿਜਲੀ ਚਾਹੀਦੀ ਹੈ ਪਾਣੀ ਕੱਢਣ ਵਾਸਤੇ ਤਾਂ ਤੁਸੀਂ ਸੂਰਜੀ ਊਰਜਾ ਦਿੱਤੀ ਉਹਨੂੰ ਤਾਂ ਉਹ ਪਾਣੀ ਉਹਨੂੰ ਮਿਲਣ ਲੱਗਿਆ ਬਿਜਲੀ ਉੱਥੋਂ ਆਣ ਲੱਗੀ ਉਹਨੂੰ ਹੁਣ ਤੁਸੀਂ ਦੇਖੋ ਚਾਹੀਦਾ ਹੈ ਪੂਰੇ ਸਾਲ ਦੇ ਵਿੱਚ 100 ਦਿਨ ਪਾਣੀ 265 ਦਿਨ ਤਾਂ ਉਹਨੂੰ ਪਾਣੀ 365 ਚ 265 ਦਿਨ ਉਹਨੂੰ ਪਾਣੀ ਨਹੀਂ ਚਾਹੀਦਾ ਉਹਨੂੰ ਸਿਰਫ 100 ਦਿਨ ਪਾਣੀ ਚਾਹੀਦਾ ਯਾਨੀ ਕਿ ਲੇਕਿਨ ਜਦੋਂ ਸੂਰਜੀ ਊਰਜਾ ਆ ਗਈ ਤਾਂ ਪੈਦਾ ਤਾਂ ਰੋਜ਼ ਹੀ ਹੋਊਗੀ ਕੀ ਅਸੀਂ ਇਸ ਤਰ੍ਹਾਂ ਦਾ ਇੱਕ ਪਿੰਡ ਪਾਇਲਟ ਦੇ ਤੌਰ ਤੇ ਕੀ ਅਸੀਂ ਇਸ ਤਰ੍ਹਾਂ ਦਾ ਕਰ ਸਕਦੇ ਸੀ ਕਿ ਕੀ ਅਸੀਂ ਉਹ ਸਾਰੀਆਂ ਜਿੰਨੀਆਂ ਮੋਟਰਾਂ ਲੱਗੀਆਂ ਨੇ ਪਿੰਡ ਦੀਆਂ ਜਿਹਨੂੰ ਅਸੀਂ ਸੋਲਰ ਚ ਕਨਵਰਟ ਕਰਤਾ ਸਪੋਜ਼ ਇੱਕ ਪਿੰਡ ਚ 200 ਮੋਟਰ ਲੱਗੀ ਹੈ ਇਹਨੂੰ ਥੋੜਾ ਜਿਹਾ ਸਮਝਣ ਦੀ ਹੋ ਉਸ ਚ ਹੈ ਕਿ 200 ਮੋਟਰ ਲੱਗੀ ਹੋਈ ਹੈ 200 ਮੋਟਰ ਨੂੰ ਅਸੀਂ ਇੰਟਰਕਨੈਕਟ ਵੀ ਕਰ ਕੀਤਾ ਹੋਇਆ ਕਿਸੇ ਢੰਗ ਨਾਲ ਚਾਹੇ ਚਾਰਜਰ ਮਤਲਬ ਉਹ ਜਿਹੜੇ ਚੈਂਜਰਸ ਹੁੰਦੇ ਆ ਉਹਦੇ ਨਾਲ ਕੀਤਾ ਹੋਇਆ ਜਾਂ ਕਿਸੇ ਤਰ੍ਹਾਂ ਵੀ ਇੱਕ ਟੈਕਨੋਲੋਜੀ ਤੁਸੀਂ ਉਹ ਡਵੈਲਪ ਕੀਤੀ ਹੈ ਕਿ ਅਸੀਂ ਇਹਨੂੰ ਸਾਰੀ ਜਿੰਨੀ ਬਿਜਲੀ ਹੈਗੀ ਹੈ ਉਹ ਇੱਕ ਗ੍ਰਿਡ ਚ ਪਾਤੀ ਹੈ ਔਰ ਗ੍ਰਿਡ ਚੋਂ ਇਸੇ ਪਿੰਡ ਨੂੰ ਸਾਰੇ ਨੂੰ ਦਿੰਦੀ ਹੈ ਤੁਸੀਂ ਆਪਣੀ ਮੋਟਰ ਚਲਾਓ ਫ੍ਰੀ ਚੱਲ ਰਹੀ ਹੈ 265 ਦਿਨ ਜਿਹੜੀ ਬਿਜਲੀ ਬਚ ਗਈ ਉਸ ਚੋਂ ਤੁਸੀਂ ਕੱਢ ਲਓ ਕਿ 65 ਦਿਨ ਬਾਰਸ਼ਾਂ ਦੇ ਵੀ ਹੋ ਸਕਦੇ ਆ ਤੋਂਦਾਂ ਦੇ ਵੀ ਹੋ ਸਕਦੇ ਜਿਸ ਤੇ ਸਾਨੂੰ ਸੋਲਰ ਦੀ એનર્ਜੀ ਨਹੀਂ ਮਿਲ ਰਹੀ ਤਾਂ ਤੁਹਾਡੇ ਕੋਲ 200 ਦਿਨ ਬਚ ਗਏ 200 ਦਿਨ ਦੀ ਬਿਜਲੀ ਤੁਸੀਂ ਉਸ ਚ ਪਾਓ ਗ੍ਰਿਡ ਚ ਤਾਂ ਉਹ 200 ਦਿਨ ਦੀ ਬਿਜਲੀ ਸਾਨੂੰ ਮੁਫਤ ਦੀ ਮਿਲ ਰਹੀ ਹੈ ਤਾਂ ਸਾਨੂੰ ਸੋਲਰ ਥਰਮਲ ਤੋਂ ਹੁਣ ਲੋਡ ਨਹੀਂ ਸਾਡੀ 250 ਟਿਊਬ ਜਿਹੜੇ ਨੇ ਬੰਦ ਹੋ ਗਏ ਸਾਨੂੰ ਉਹ ਬਿਜਲੀ ਦੀ ਲੋਡ ਨਹੀਂ ਤਾਂ ਇਹਦਾ ਮਤਲਬ ਜਿਹੜੀ ਮੈਂ ਗੱਲ ਕਰ ਰਿਹਾ ਵੀ 800 ਮੈਗਾਵਾਟ ਜਿਹੜੀ ਹਰ ਸਾਲ ਬਿਜਲੀ ਦੀ ਖਪਤ ਵਧ ਰਹੀ ਹੈ ਉਹ ਬੰਦ ਹੋ ਜਾਏਗੀ ਜਦੋਂ ਮੋਟਰਾਂ ਚੱਲਦੀਆਂ ਨੇ ਤਾਂ ਸਾਨੂੰ ਲਗਭਗ ਲਗਭਗ 5 ਤੋਂ 6000 ਮੈਗਾਵਾਟ ਬਿਜਲੀ ਚਾਹੀਦੀ ਹੁੰਦੀ ਹੈ ਇਹਦਾ ਮਤਲਬ ਹੈ ਜੇ ਅਸੀਂ ਸਾਰੀ ਇਹ ਮੋਟਰਾਂ ਨੂੰ ਕਨਵਰਟ ਕਰ ਦਿੰਨੇ ਆ ਇਹ ਇੰਨੀ ਜਲਦੀ ਨਹੀਂ ਹੋਣਾ ਕਿ ਮੈਂ ਕਹਾ ਕਿ ਅੱਜ ਹੀ ਆਪਾਂ ਕਰ ਦਾਂਗੇ ਇਹਦੇ ਲਈ ਹਿਊਜ ਅਮਾਊਂਟ ਚਾਹੀਦੀ ਹੈ ਇਹਦੇ ਲਈ ਟਾਈਮ ਚਾਹੀਦਾ ਹੈ ਮਤਲਬ 5 ਸਾਲ 10 ਸਾਲ ਦਾ ਲੌਂਗ ਪੀਰੀ ਚੱਲੇ ਪਰ ਇਹਦੇ ਤੇ ਇੱਕ ਪਾਲਿਸੀ ਹੋਣੀ ਚਾਹੀਦੀ ਹੈ ਗਵਰਨਮੈਂਟ ਦੀ ਕਿ ਅਸੀਂ ਇਸ ਦਿਸ਼ਾ ਵੱਲ ਵਧੀਏ ਤਾਂ ਮੈਂ ਜਿਹੜੀ ਤੁਹਾਨੂੰ ਗੱਲ ਕਰ ਰਿਹਾ ਕਿ ਜਿਹੜੀ ਅੱਜ ਅਸੀਂ 7000 ਕਰੋੜ ਰੁਪਈਆ ਸਬਸਿਡੀ ਦੇ ਤੌਰ ਤੇ ਯੂਜ਼ ਕਰ ਰਹੇ ਹਾਂ ਮੈਂ ਕਹਿ ਰਿਹਾ ਵੀ ਉਹ 7000 ਕਰੋੜ ਰੁਪਈਆ ਕੈਪੀਟਲ ਅਮਾਊਂਟ ਦੇ ਉੱਤੇ ਲਗਾਓ ਤੁਸੀਂ ਕਿਸੇ ਵੀ ਵੱਡੇ ਬੈਂਕ ਤੋਂ ਲੋਨ ਲਓ ਉਹਨੂੰ ਕਹੋ ਜੀ ਸਾਨੂੰ 30000 ਕਰੋੜ ਰੁਪਈਆ ਚਾਹੀਦਾ ਜਾਂ ਇਹ ਜਾਂ ਮੇਰੇ ਇੱਕ ਵਰਮਨ ਵਿੱਤ ਮੰਤਰੀ ਜਿਹੜੇ ਮਨਪ੍ਰੀਤ ਬਾਦਲ ਨੇ ਉਹਨਾਂ ਨਾਲ ਗੱਲ ਹੋਈ ਸੀ ਤਾਂ ਉਹਨਾਂ ਨੇ ਕਿਹਾ ਸੀ ਸਾਨੂੰ 80000 ਕਰੋੜ ਰੁਪਈਆ ਚਾਹੀਦਾ 80000 ਕਰੋੜ ਚ ਉਹਨਾਂ ਨੇ ਲੈਂਡ ਦੀ ਕਾਸਟ ਵੀ ਪਾਈ ਹੋਈ ਹੈ। ਅਗਰ ਲੈਂਡ ਕਾਸਟ ਅਸੀਂ ਕੱਢ ਦਿੰਨੇ ਆ ਤਾਂ ਮੈਨੂੰ ਲੱਗਦਾ ਕਿ ਇਹ 50000 ਕਰੋੜ ਦਾ ਪ੍ਰੋਜੈਕਟ ਹੈ। 50000 ਕਰੋੜ ਰੁਪਏ ਦੇ ਵਿੱਚ ਅਸੀਂ ਜੇ ਮੰਨ ਲਓ ਲੋਨ ਲੈ ਲੈਂਦੇ ਆ ਤਾਂ ਅਸੀਂ 7000 ਕਰੋੜ ਰੁਪਏ ਜਿਹੜਾ ਅੱਜ ਅਸੀਂ ਸਬਸਿਡੀ ਦੇ ਤੌਰ ਤੇ ਦੇ ਰਹੇ ਆ ਅੱਜ ਅਸੀਂ ਉਹ 7 ਉਹਨਾਂ ਦਾ 50000 ਕਰੋੜ ਰੁਪਏ ਇੱਥੇ ਲਗਵਾ ਕੇ ਇਹ ਕਿਸ਼ਤ ਕਰ ਲਈ ਉਹਨਾਂ ਨਾਲ ਵੀ ਅਸੀਂ ਤੁਹਾਨੂੰ 3000 ਕਰੋੜ ਰੁਪਏ ਦੀ ਕਿਸ਼ਤ ਜਿਹੜਾ ਤੁਸੀਂ 50000 ਕਰੋੜ ਦਾ ਲੋਨ ਦਿੱਤਾ ਅਸੀਂ 3000 ਕਰੋੜ ਰੁਪਏ ਤੁਹਾਨੂੰ ਕਿਸ਼ਤਾਂਾਂ ਦੇਵਾਂਗੇ ਉਹਦੀ ਇਧਰੋਂ ਸਾਰੇ ਬਚ ਗਏ ਉਸ ਤੋਂ ਜਿਹੜੀ 200 ਦਿਨ ਦੀ ਬਿਜਲੀ ਪੈਦਾ ਹੋਈ ਉਹ ਤੁਸੀਂ ਅਸੀਂ ਗ੍ਰਿਡਾਂ ਚ ਪਾ ਲਈ ਉਹ ਐਡੀਸ਼ਨਲ ਬਿਜਲੀ ਸਾਡੇ ਕੋਲੇ ਆ ਗਈ ਸਾਨੂੰ ਕਿਸੇ ਥਰਮਲ ਪਲਾਂਟ ਦੀ ਲੋੜ ਨਹੀਂ ਨਵੇਂ ਦੀ ਸਾਡੇ ਕੋਲ 3000 ਮੈਗਾਵਾਟ ਬਿਜਲੀ ਇੰਨਾ ਤੋਂ ਪੈਦਾ ਹੋ ਕੇ ਸਾਡੇ ਕੋਲ ਆ ਜਾਏਗੀ ਸਾਨੂੰ ਐਡੀਸ਼ਨਲ ਜਿਹੜੇ ਤੁਸੀਂ ਕਹ ਰਹੇ ਹੋ ਕਿ ਥਰਮਲ ਪਲਾਂਟ ਹੋਰ ਲਾਓਰ ਇਹਦੀ ਕੋਈ ਲੋੜ ਨਹੀਂ ਬਲਕਿ ਜਿਹੜੇ ਸਾਡੇ ਲੱਗੇ ਹੋਏ ਨੇ ਅਸੀਂ ਉਹਨਾਂ ਨੂੰ ਬੰਦ ਕਰ ਸਕਦੇ ਹਾਂ ਅੱਜ ਸਰਦੀ ਚ ਸਾਨੂੰ ਨੂੰ ਹੀ ਲੋੜ ਬੰਦ ਕਰ ਦੋ ਅਸੀਂ ਕਿਉਂ ਕੋਲਾ ਢੋਈ ਜਾ ਰਹੇ ਹਾਂ ਉਹਨਾਂ ਤੋਂ ਫालतू ਦਾ ਤਾਂ ਇਹ ਇਹ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਕਿ ਇਹ ਦੋਨੋਂ ਸਕੀਮਾਂ ਦੋ ਇਹ ਮਾਡਲ ਐਦਾਂ ਦਾ ਹੈ ਜਿਸ ਤੇ ਸਾਨੂੰ ਵਧਨ ਦੀ ਲੋੜ ਹੈ ਇਹ ਤਾਂ ਹੋ ਗਿਆ ਪਿੰਡੂ ਸਰਕਲ ਦੇ ਵਿੱਚ ਠੀਕ ਐ ਇਸੇ ਤਰ੍ਹਾਂ ਹੀ ਸਾਡਾ ਸ਼ਹਿਰੀ ਸਰਕਲ ਹੈ ਸ਼ਹਿਰੀ ਸਰਕਲ ਦੇ ਵਿੱਚ ਜਿਹੜੇ ਵੀ ਵੱਡੀਆਂ ਇੰਡਸਟਰੀਆਂ ਨੇ ਜਿਨ੍ਹਾਂ ਕੋਲ ਹਿਊਜ ਮਤਲਬ ਅਦਾਰੇ ਨੇ ਮਤਲਬ 10-10 ਏਕੜ ਚ ਫੈਲੀਆਂ ਹੋਈਆਂ ਨੇ ਤੁਸੀਂ ਦੇਖਿਓ ਹੁਣੇ ਵੱਡੇ ਵੱਡੇ ادارے ਉਹਨਾਂ ਦੇ 5 5 7 7 ਏਕੜ ਦੇ ਉਹਨਾਂ ਦੇ ਕੰਪਲੈਕਸ ਨੇ ਉਹਨਾਂ ਦੇ ਤੁਸੀਂ ਦੇਖਿਓ ਹੁਣੇ ਛੱਤਾਂ ਕਿੱਡੀਆਂ ਵੱਡੀਆਂ ਵੱਡੀਆਂ ਨੇ ਉਹਨਾਂ ਕੋਲੇ ਇੱਕ ਫੰਡ ਹੁੰਦਾ ਜਿਹਨੂੰ ਅਸੀਂ ਕਾਰਪੋਰੇਟ ਰਿਸਪੌਂਸਿਬਿਲਟੀ ਫੰਡ ਕਹਿੰਦੇ ਆ ਅਸੀਂ ਉਹ ਵਾਲਾ ਫੰਡ ਇਸ ਦੇ ਉੱਤੇ ਕਿਉਂ ਨਹੀਂ ਯੂਜ਼ ਕਰਦੇ ਅਸੀਂ ਉਹਨਾਂ ਨੂੰ ਕਿਉਂ ਨਹੀਂ ਮੰਡੇਟਰੀ ਕਰਦੇ ਕਿ ਜੀ ਤੁਹਾਡੀ ਜਿਹੜੀ ਟੋਟਲ ਖਪਤ ਹੈਗੀ ਹੈ ਉਹ ਤੁਹਾਨੂੰ ਇਸ ਤੇ ਕਰਨੀ ਪੈਣੀ ਹੈ ਅਗਰ ਅਸੀਂ ਉਹ ਚੀਜ਼ਾਂ ਕਰ ਲੈਣੀਆਂ ਮਤਲਬ ਮੈਨੂੰ ਇਹ ਲੱਗਦਾ ਕਿ ਫਿਰ ਸਾਡੀ ਜਿਹੜੀ ਬਿਜਲੀ ਦੀ ਜਿਹੜੀ ਡਿਮਾਂਡ ਹੈ ਉਹ ਡਾਊਨ ਹੋਣੀ ਸ਼ੁਰੂ ਹੋ ਜਾਏਗੀ ਸਾਨੂੰ ਕੋਇਲੇ ਦੇ ਉੱਤੇ ਬਹੁਤੀ ਨਿਰਭਰਤਾ ਨਹੀਂ ਹੋਏਗੀ ਫਿਰ ਸਾਡੇ ਕੋਲ ਪਾਖੜਾ ਵੀ ਹੈਗਾ ਔਰ ਕੀ ਨਾਮ ਹੈ ਦੂਜੇ ਜਿਹੜੇ ਥੱਲੇ ਹਾਈਡਰੋ ਹੈਗੇ ਨੇ ਜਿੱਥੋਂ ਸਾਨੂੰ ਬਹੁਤ ਸਸਤੀ ਬਿਜਲੀ ਮਿਲਦੀ ਹੈ ਅਸੀਂ ਉਹਨਾਂ ਤੇ ਜਾਵਾਂਗੇ ਉਸ ਤੋਂ ਇਲਾਵਾ ਇਹ ਵੀ ਅਗਰ ਅਗਰ ਘਟਦੀਆਂ ਨੇ ਤਾਂ ਮੈਂ ਤੁਹਾਨੂੰ ਕਿਉਂਕਿ ਇਸ ਪ੍ਰੋਜੈਕਟ ਦੇ ਵਿੱਚ ਲੈਂਡ ਜਿਹੜੀ ਹੈ ਨਾ ਉਹੀ ਸਭ ਤੋਂ ਮਹਿੰਗਾ ਕੰਪੋਨੈਂਟ ਹੈ ਮੈਂ ਤੈਨੂੰ ਲੈਂਡ ਦਾ ਹੀ ਕਹਿ ਰਿਹਾ ਕਿ ਉਹ ਸਾਨੂੰ ਮੁਫਤ ਮਿਲ ਸਕਦਾ ਜਿੱਥੇ-ਜਿੱਥੇ ਵੀ ਤੁਹਾਡੇ ਸੋਲਰ ਦੇ ਉਹ ਲੱਗੇ ਹੋਏ ਉਹ ਸਾਰੀਆਂ ਲੱਗੇ ਹੋਏ ਨੇ ਪੰਪ ਲੱਗੇ ਨੇ ਉੱਥੇ ਹੀ ਉਹਨੇ ਕੀ ਉਸ ਚ ਸੋਲਰ ਲੱਗ ਸਕਦਾ ਹੈ ਉਹਨੂੰ ਕੋਈ ਬਹੁਤੀ ਦੀ ਦੀ ਲੋਡ ਨਹੀਂ ਹੈਗੀ ਉਹਨੇ ਕੀ ਜਗ੍ਹਾ ਹੀ ਚਾਹੀਦੀ ਆ ਉਹਨੂੰ ਇਸ ਤੋਂ ਇਲਾਵਾ ਸਾਡੇ ਕੋਲੇ ਨਹਿਰਾਂ ਦਾ ਇੱਕ ਵੱਡਾ ਨੈਟਵਰਕ ਹੈ ਗੁਜਰਾਤ ਨੇ ਬਹੁਤ ਅੱਛਾ ਇਹਦੇ ਉੱਤੇ ਇੱਕ ਮਾਡਲ ਸਟੈਬਲਿਸ਼ ਕੀਤਾ ਉਹਨਾਂ ਨੇ ਨਹਿਰਾਂ ਦੇ ਉੱਪਰ ਹੀ ਜਿਹੜਾ ਹੈਗਾ ਸਾਈਡਾਂ ਤੇ ਪਿਲਰਸ ਖੜੇ ਕਰਕੇ ਨਹਿਰਾਂ ਨੂੰ ਸੋਲਰ ਪੈਨਲਸ ਨਾਲ ਢੱਕਦਾ ਬਹੁਤ ਲੰਬੇ-ਲੰਬੇ ਉਹਨਾਂ ਨੇ ਕਿਲੋਮੀਟਰਸ ਦੇ ਕਿਲੋਮੀਟਰਸ ਮਤਲਬ ਇਦਾਂ ਦੇ ਪੈਨਲਸ ਲਗਾਤੇ ਹੈ ਉਹਦੇ ਨਾਲ ਕੀ ਹੋ ਰਿਹਾ ਇੱਕ ਤਾਂ ਜਿਹੜਾ ਨਹਿਰੀ ਪਾਣੀ ਸੀ ਉਹ ਵੈਪੋਰੇਟ ਨਹੀਂ ਹੋ ਰਿਹਾ ਜਿੰਨ ਘਟ ਗਿਆ ਮਤਲਬ ਜਿੰਨਾ ਜਿਆਦਾ ਹੋ ਰਿਹਾ ਸੀ ਹੋਰ ਹੋਰ ਘਟ ਗਿਆ ਦੂਸਰਾ ਲੋਕੁਰਚ ਵਿੱਚ ਕੂੜਾ ਨਹੀਂ ਸਿੱਟਦੇ ਜਿੱਥੇ-ਜਿੱਥੇ ਵੀ ਸ਼ਹਿਰ ਨਿਕਲਦਾ ਹੈ ਦੇਖੋ ਨਹਿਰਾਂ 'ਚ ਕੂੜਾ ਜਿਹੜਾ ਸਿੱਟਿਆ ਜਾ ਰਿਹਾ ਉਹ ਸ਼ਹਿਰ ਦੇ ਵਿੱਚ ਸਿੱਟਿਆ ਜਾ ਰਿਹਾ ਹੈ ਸਬਜ਼ੀ ਮੰਡੀ ਲੱਗੀ ਹੋਏ ਚੱਕ ਕੇ ਵਿੱਚ ਸੁੱਟਦੇ ਆਂ ਅਗਰ ਓਨੀ ਓਨੇ ਹੀ ਪੋਰਸ਼ਨ ਅਸੀਂ ਟੱਕ ਦਈਏ ਸੋਲਰ ਪੈਨਲਸ ਨਾਲ ਤਾਂ ਇਹ ਸਮੱਸਿਆ ਵੀ ਸਾਡੀ ਘਟ ਜੇਗੀ ਪਲੱਸ ਸਾਡੇ ਕੋਲੇ ਜਗ੍ਹਾ ਦੀ ਕੋਈ ਕਮੀ ਨਹੀਂ ਆਈ ਮੁਫਤ ਵਾਲੀ ਜਗ੍ਹਾ ਸਾਡੇ ਕੋਲ ਥੱਲੇ ਨਹਿਰ ਵਗ ਰਹੀ ਹੈ ਯਸੂਆ ਵਗ ਰਿਹਾ ਹੈ ਰਜਵਾਹਾ ਵਗ ਰਿਹਾ ਹੈ ਉਹਦੇ ਉੱਪਰ ਅਸੀਂ ਪੈਨਲ ਚੜਾਤੇ ਆਂ ਸਾਡੇ ਕੋਲ ਉਹ ਵੀ ਬਚ ਜੇਗੀ ਤਾਂ ਇਹ ਜਿਹੜੇ ਇਹ ਸਾਨੂੰ ਮੈਂ ਗੈਰ ਨਵੀਨੀਕਰਨ ਊਰਜਾ ਦੇ ਸਰੋਤ ਨੇ ਜਿਹੜੇ ਮੈਨੂੰ ਲੱਗਦਾ ਕਿ ਸਾਨੂੰ ਇਹਨੂੰ ਟੈਪ ਕਰਨਾ ਚਾਹੀਦਾ ਹੈ ਸਾਡੇ ਕੋਲੇ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਵੱਡੀਆਂ ਇੰਡਸਟਰੀਆਂ ਨੇ ਇਹਨਾਂ ਦਾ ਇੱਕ ਜਿਹੜਾ ਫੰਡ ਹੈਗਾ ਉਹ ਸਾਡੇ ਕੋਲੇ ਫੰਡ ਅਵੇਲੇਬਲ ਹੈ ਪਿਛਲੇ ਜਿਹੜੀ ਰਿਪੋਰਟ ਹੈਗੀ ਆ ਪਿਛਲੇ ਸਾਲ ਦੀ ਉਹਦੇ ਵਿੱਚ ਹੀ ਆਇਆ ਕਿ ਲਗਭਗ ਲਗਭਗ ਅਸੀਂ ਉਹ 7-800 ਕਰੋੜ ਰੁਪਇਆ ਸਾਡੇ ਕੋਲ ਫੰਡ ਅਵੇਲੇਬਲ ਸੀ ਤਾਂ ਇਹਦੇ ਚੋ ਮੈਂ ਤਾਂ ਕਹਿੰਦਾ ਨਹੀਂ ਕਿ 700 ਕਰੋੜ ਰੁਪਇਆ ਤੁਸੀਂ ਲਗਾ ਦਿਓ ਮੈਂ ਤਾਂ ਕਹਿੰਨਾ 200 ਕਰੋੜ ਰੁਪਇਆ ਲਗਾ ਦਿਓ ਨਾ ਲਗਾਓ ਤੁਸੀਂ 700 ਕਰੋੜ ਰੁਪਇਆ ਹਰ ਸਾਲ ਦਾ 200 ਕਰੋੜ ਰੁਪਇਆ ਲਗਾਓ ਤਾਂ ਕਿਸੇ ਲੈਵਲ ਤੇ ਜਾ ਕੇ ਅਸੀਂ ਇਸ ਜੋਗੇ ਹੋ ਜਾਾਂਗੇ ਕਿ ਸਾਨੂੰ ਜਿਹੜਾ ਇਹ ਸਬਸਿਡੀ ਤੇ ਪੈਸਾ ਖਰਚ ਕਰਨਾ ਪੈ ਰਿਹਾ ਹੈ ਚਾਹੇ 1500 ਕਰੋੜ ਰੁਪਇਆ ਸਾਡੀ ਅਸੀਂ ਜਿਹੜੀ ਇੰਡਸਟਰੀ ਨੂੰ ਸਬਸਿਡੀ ਦੇ ਰਿਹਾ ਉਹ ਚਾਹੇ 7000 ਕਰੋੜ ਰੁਪਇਆ ਜਿਹੜੀ ਅਸੀਂ ਇਹ ਦੇ ਦੇ ਰਹੇ ਆ ਉਹ ਪਲੱਸ ਜਿਹੜੀ ਐਸਸੀਆਂ ਨੂੰ ਅਸੀਂ ਸਬ ਐਸਸੀ ਜਾਂ ਬੀਸੀ ਕਮਿਊਨਿਟੀ ਨੂੰ ਸਬਸਿਡੀ ਦੇ ਰਹੇ ਆ ਉਹ ਇਹ ਸਾਰਾ ਪੈਸਾ ਜਿਹੜਾ ਲਗਭਗ ਅੱਜ 12000 ਕਰੋੜ ਰੁਪਏ ਹੋ ਗਿਆ ਮੈਨੂੰ ਲੱਗਦਾ ਹੈ ਕਿ ਇਹ ਬਚ ਜਾਏਗਾ ਸਾਨੂੰ ਫ੍ਰੀ ਬੀਜ ਜਿਵੇਂ ਇਹ ਕੱਲ 2000 ਕਰੋੜ ਰੁਪਏ ਤੁਸੀਂ ਖਰਚ ਕੀਤਾ ਅਗਲੇ ਸਾਲ ਤੁਹਾਨੂੰ ਫੇਰ ਕਰਨਾ ਪੈਣਾ ਕਿਉਂਕਿ ਤੁਸੀਂ ਕੀ ਸੋਚਦੇ ਹੋ ਕਿ ਇਹ ਬਿੱਲ ਅਗਲੇ ਸਾਲ ਲੋਕਾਂ ਨੇ ਭਰ ਦੇਣੇ ਆ ਲੋਕਾਂ ਨੇ ਭਰ ਨਹੀਂ ਨਹੀਂ ਉਹ ਫੇਰ 2000 ਕਰੋੜ ਤੁਹਾਨੂੰ ਮਾਫ ਕਰਨਾ ਪੈਣਾ ਹੈ ਤਾ ਉਹ 2000 ਕਰੋੜ ਰੁਪਏ ਦੇ ਮਾਫੀ ਨਾਲੋਂ ਤੁਸੀਂ ਇਹ ਜੀ ਜੀ ਇਨਫਰਾਸਟ੍ਰਕਚਰ ਹੀ ਖੜਾ ਕਰੋ ਜਿੱਥੋਂ ਸਾਨੂੰ ਮੁਫਤ ਮਿਲਣੀ ਹੈ ਸੂਰਜੀ ਊਰਜਾ ਸਾਡੇ ਕੋਲ ਮੁਫਤ ਹੈ ਮੰਨ ਲਓ ਇਨਫਰਾਸਟ੍ਰਕਚਰ ਖੜਾ ਕਰਨ ਤੇ ਸਾਨੂੰ 5 ਸਾਲ ਵਾਲੀ ਕੈਪੀਟਲ ਖਰਚ ਕਰਨੀ ਪੈ ਰਹੀ ਹੈ ਲੇਕਿਨ 20 ਸਾਲ ਤੱਕ ਸਾਨੂੰ ਫਿਰ ਮੁਫਤ ਹੈ ਨਾ ਉਹਨੂੰ ਅਸੀਂ ਕਿਉਂ ਨਹੀਂ ਯੂਜ਼ ਕਰਦੇ ਅਗਰ ਅਸੀਂ ਉਹਨੂੰ ਮੈਨੂੰ ਲੱਗਦਾ ਹੈ ਯੂਜ਼ ਕਰਨਾ ਸ਼ੁਰੂ ਕਰ ਦਈਏ ਤਾਂ ਅਸੀਂ ਜ਼ਿਆਦਾ ਇਸ ਦੇ ਇਸ ਦੇ ਯੋਗ ਹੋ ਜਾਾਂਗੇ ਕਿ ਫਿਰ ਤੁਸੀਂ ਜਿੰਨੂੰ ਮਰਜ਼ੀ ਮੁਫਤ ਦੋ ਕੋਈ ਉਹ ਨਹੀਂ ਕਰੇਗਾ ਅੱਜ ਤੁਸੀਂ ਮੁਫਤ ਬਿਜਲੀ ਬੰਦ ਕਰੋਗੇ ਤਾਂ ਕਿਸਾਨਾਂ ਨੇ ਤੁਹਾਡੀ ਜਿੰਨਾ ਹਰਾਮ ਕਰ ਦੇਣਾ ਕੋਈ ਪੋਲੀਟੀਕਲ ਪਾਰਟੀ ਹੈ ਜਿਹੜੀ ਇਸ ਗੱਲ ਤੇ ਉੱਤੇ ਤਿਆਰ ਹੈ ਕਿ ਉਹ ਕਰ ਲੂੰ ਜੀ ਮੁਫਤ ਬਿਜਲੀ ਵਾਲੀ ਬੰਦ ਕਰ ਦੇ ਅੱਜਾ ਤੁਹਾਨੂੰ ਪੈਸਾ ਮਿਲ ਰਿਹਾ ਤੁਹਾਨੂੰ ਫਾਈਨੈਂਸ ਕਮਿਸ਼ਨ ਤੋਂ ਪੈਸਾ ਆ ਗਿਆ ਤੁਹਾਨੂੰ ਜੀਐਸਟੀ ਦਾ ਮੁਆਵਜ਼ਾ ਰਾਸ਼ੀ ਆ ਜੀ 2022 ਚ ਤੋਂ ਬੰਦ ਹੋ ਜਾਣੀ ਹੈ ਤਾਂ ਉਸ ਤੋਂ ਬਾਅਦ ਕੀ ਕਰੋਗੇ ਕੀ ਤੁਸੀਂ ਇਹ ਫ੍ਰੀ ਵੀਜ਼ਾ ਸਿਸਟਮ ਚਲਾ ਸਕਦੇ ਹੋ 2022 ਤੋਂ ਬਾਅਦ ਮੈਨੇ ਤੋਂ ਤੁਸੀਂ ਲਿਖ ਕੇ ਲਾ ਲੋ ਕਿ ਸਰਕਾਰ ਤੋਂ ਤਨਖਾਹ ਨਹੀਂ ਦਿੱਤੀਆਂ ਜਾਣੀਆਂ ਕਿਉਂਕਿ 2022 ਦੇ ਵਿੱਚ ਜਿਹੜਾ GST ਮੋਬਜਾ ਸਾਨੂੰ ਗਵਰਨਮੈਂਟ ਆਫ ਇੰਡੀਆ ਤੋਂ ਮਿਲਦਾ ਹੈ ਉਹ ਸਾਰੀਆਂ ਸਟੇਟਾਂ ਨੂੰ ਬੰਦ ਹੋ ਜਾਣਾ ਜਾਂ ਤਾਂ ਸਾਨੂੰ ਉਹਨਾਂ ਨੂੰ ਮਤਲਬ ਪ੍ਰੈਸ਼ਰਾਈਜ਼ ਕਰਕੇ ਉਹਨੂੰ ਵਧਾਣਾ ਪਊਗਾ ਨਹੀਂ ਤਾਂ ਉਹਦੇ ਅਲਟਰਨੇਟਿਵਸ ਲੱਭਣੇ ਪੈਣੇ ਸੀ ਤੇ ਉਹ ਅਲਟਰਨੇਟਿਵਸ ਮੈਂ ਤੁਹਾਨੂੰ ਦੱਸਦੇ ਕਿ ਇਹੀ ਹੋ ਸਕਦੇ ਸੀ ਸਾਡੇ ਕੋਲ ਜਿਹੜਾ ਇਹ ਪੈਸਾ ਆਣਾ ਸੀ ਸਾਨੂੰ ਇਹ ਯੂਜ਼ ਕਰਨਾ ਚਾਹੀਦਾ ਸੀਗਾ ਇਹ ਅਗਰ ਯੂਜ਼ ਕਰਦੇ ਤਾਂ ਮੈਨੂੰ ਲੱਗ ਰਿਹਾ ਹੈ ਕਿ ਅਸੀਂ ਆਪਣਾ 10 ਤੋਂ 12000 ਕਰੋੜ ਰੁਪਏ ਜਿਹੜਾ ਇਹ ਬਚ ਜਾਂਦਾ ਤਾਂ ਉਹਦੇ ਨਾਲ ਜੇ ਸਾਡਾ ਜੀਐਸਟੀ ਮੁਆਵਜ਼ਾ ਜਿਹੜਾ ਸਾਨੂੰ ਮਿਲਦਾ ਅਗਰ ਉਹ ਬੰਦ ਵੀ ਹੋ ਜਾਂਦਾ ਤਾਂ ਵੀ ਅਸੀਂ ਇੰਨੇ ਕੋ ਯੋਗ ਹੋ ਹੁੰਦੇ ਕਿ ਸਾਨੂੰ ਉਹਦੀ ਲੋਡ ਨਹੀਂ ਸੀ ਪਣੀ ਲੇਕਿਨ ਅਸੀਂ ਇਸ ਦਿਸ਼ਾ ਵੱਲ ਕੋਈ ਕਦਮ ਨਹੀਂ ਚੁੱਕਿਆ ਇਸੇ ਕਰਕੇ ਮੈਂ ਕਹਿ ਰਿਹਾ ਵੀ ਜਿਹੜਾ ਕੰਮ ਉਹਨਾਂ ਨੇ ਅਹ ਅ ਟੰਨੀ ਹੋਣਾ ਨੇ ਕੱਲ ਕੈਬਨਿਟ ਨੇ ਜਿਹੜਾ ਫੈਸਲਾ ਲਿਆ ਹੈ ਮੈਨੂੰ ਉਹ ਕੋਈ ਫੈਸਲਾ ਸਹੀ ਫੈਸਲਾ ਨਹੀਂ ਜਾਪਦਾ ਕਿਉਂਕਿ ਉਹ ਉਹ ਮੁਫਤ ਖੋਰੀ ਨੂੰ ਵਿਧਾਨ ਵੱਲ ਦੀ ਦਿਸ਼ਾ ਵੱਲ ਉਠਾਇਆ ਹੋਇਆ ਕਦਮ ਹੈ ਮੇਬੀ ਉਹ ਕਹਿ ਸਕਦੇ ਆ ਕਿ ਜਿਹੜਾ ਜਿਹੜਾ ਮੈਂ ਮਾਡਲ ਦੱਸ ਰਿਹਾ ਉਹ ਮਾਡਲ ਤਾਂ ਬਹੁਤ ਲੰਬਾ ਹੈ ਤੇ ਉਹਨਾਂ ਕੋਲੇ ਸਿਰਫ 3 ਮਹੀਨੇ ਆ ਮੈਨੂੰ ਇਹ ਲੱਗਦਾ ਕਿ ਜੇ ਉਹ ਇਸ ਪਾਸੇ ਨੂੰ ਕਦਮ ਉਠਾਉਂਦੇ ਤਾਂ ਲੋਕਾਂ ਦੇ ਮਨਾਂ 'ਚ ਇਹ ਜ਼ਰੂਰ ਜਾਣਾ ਸੀ ਵੀ ਦੇਖੋ ਇਹ ਸਹੀ ਦਿਸ਼ਾ 'ਚ ਕਦਮ ਉਠਾਇਆ ਹੈ ਪਰ ਬੰਦੇ ਕੋਲ ਟਾਈਮ ਘੱਟ ਹੈ ਇਹਨੂੰ ਟਾਈਮ ਦੋ ਅਗਲੀ ਸਰਕਾਰ ਇਸ ਬੰਦੇ ਦੀ ਆਣੀ ਚਾਹੀਦੀ ਹੈ ਤਾਂ ਉਹ ਲੋਕ ਟਾਈਮ ਦਿੰਦੇ ਲੇਕਿਨ ਉਹਨਾਂ ਨੂੰ ਵੀ ਲੱਗ ਰਿਹਾ ਕਿ ਹੁਣ ਫ੍ਰੀ ਵੀਜ਼ਾ ਵਾਲਾ ਹੀ ਪਹਿਲਾਂ ਜੋ ਕੈਪਟਨ ਸਾਹਿਬ ਕਰਦੇ ਰਹੇ ਆ ਉਦੋਂ ਪਹਿਲਾਂ ਬਾਲ ਸਾਹਿਬ ਕਰਦੇ ਰਹੇ ਉਹ ਹੀ ਉਹਨਾਂ ਕੰਮ ਇਹਨੇ ਕੀਤਾ ਹੋਇਆ ਤੇ ਫਰਕ ਤਾਂ ਕੋਈ ਹੈ ਨਹੀਂ ਆ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਮਤਲਬ ਕੰਮ ਨਹੀਂ ਇਹ ਕੋਈ ਸਹੀ ਦਿਸ਼ਾ 'ਚ ਕੰਮ ਨਹੀਂ ਸੋ ਮੈਂ ਕੋਈ ਇਤਫਾਕ ਨਹੀਂ ਲੱਗਦਾ ਜਿਹੜਾ ਗਵਰਨਮੈਂਟ ਨੇ ਕੱਲ ਫੈਸਲਾ ਲਿਆ ਔਰ ਇਹ ਸਾਡੀ ਜਿਹੜੀ ਇਕਨੋਮੀ ਹੈ ਉਹਨੂੰ ਹੋਰ ਜ਼ਿਆਦਾ ਖਤਮ ਕਰੇਗਾ ਹਾਂ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ ਸੋ ਅੱਜ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ ਬਲਕੇ ਮੌਜੂਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ